ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਵੂਮਨ ਦੇ ਵਿੱਚ। ਪ੍ਰਾਈਮ ਏਸ਼ੀਆ ਟੀਵੀ ਤੇ ਤੁਸੀਂ ਵੇਖ ਰਹੇ ਹੋ, ਮੈਂ ਹਰਮਨ ਥਿੰਦ ਤੇ ਮੇਰੇ ਨਾਲ ਹਰ ਰੋਜ਼ ਦੀ ਤਰ੍ਹਾਂ ਕੁਸਮ ਸੋਨੀਆ ਜੀ ਹਾਜ਼ਰ ਨੇ। ਜੀ ਹਰਮਨ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਜੀ? ਅੱਜ ਤਾਂ ਐ ਨੀ ਲੱਗੇ ਜਾਂਦਾ ਵੀ ਇਧਰਲੇ ਪਾਸੇ ਇੱਕ ਪੰਜਾਬ ਬਣ ਬੈਠੀ ਹੈ ਤੇ ਇਧਰਲੇ ਪਾਸੇ ਵਲੈਤਨ ਬੈਠੀ ਆ। ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਜੀ, ਅਸੀਂ ਦੋਵੇਂ ਹੀ ਪੰਜਾਬਣਾ ਤੇ ਅਸੀਂ ਦੋਵੇਂ ਹੀ ਹਰ ਰੋਜ਼ ਔਰਤਾਂ ਦੀਆਂ ਬੀਬੀਆਂ ਦੀਆਂ ਗੱਲਾਂ ਲੈ ਕੇ ਹਾਜ਼ਰ ਹੁੰਦੀਆਂ ਤੇ ਅੱਜ ਵੀ ਇਸੇ ਤਰ੍ਹਾਂ ਹੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਾਜ਼ਰੀ ਭਰੀ ਹੈ। ਬਾਕੀ ਨਾ ਗੱਲ ਉਹੀ ਹੁੰਦੀ ਹੈ ਵੀ ਚਾਹੇ ਬੰਦਾ ਕੱਪੜੇ ਜਿਹੋ ਜਿਹੇ ਮਰਜ਼ੀ ਪਾ ਲਵੇ, ਪਰ ਉਹ ਜਿਹੜਾ ਇੱਕ ਪੰਜਾਬਣ ਕਹਿ ਕੇ ਸਵਾਦ ਆਉਂਦਾ, ਇੱਕ ਮਜ਼ਾ ਆਉਂਦਾ, ਇੱਕ ਮਾਣ ਮਹਿਸੂਸ ਹੁੰਦਾ ਨਾ, ਉਹ ਕਿਸੇ ਵੀ ਚੀਜ਼ 'ਚ ਹੋਰ 'ਚ ਹੈ ਨਹੀਂ। ਬਿਲਕੁਲ ਬਿਲਕੁਲ, ਹੈ ਨਾ? ਸੋ ਬਾਕੀ ਇਹ ਪੰਜਾਬ, ਪੰਜਾਬੀਅਤ ਤੇ ਪੰਜਾਬੀ ਸਦਾ ਜਿਉਂਦੀ ਰਹੇ, ਸਦਾ ਪੰਜਾਬੀ ਵੱਸਦੇ ਰਹਿਣ, ਹੱਸਦੇ ਰਹਿਣ, ਖੇਡਦੇ ਰਹਿਣ, ਇਸ ਚੀਜ਼ ਦੀ ਅਸੀਂ ਸਦਾ ਹੀ ਕਾਮਨਾ ਕਰਦੇ ਹਾਂ, ਦੁਆ ਕਰਦੇ ਹਾਂ। ਇਸ ਲਈ ਕਿਹਾ ਜਾਂਦਾ ਵੀ ਪੰਜਾਬੀ ਜਿੱਥੇ ਵੀ ਜਾਂਦੇ ਆ ਉਹ ਨਵਾਂ ਪੰਜਾਬ ਵਸਾ ਲੈਂਦੇ ਆ। ਜੀ ਜੀ ਜੀ, ਉੱਥੇ ਉਸੇ ਤਰ੍ਹਾਂ ਖਿੜ ਕੇ ਰਹਿੰਦੇ ਆ ਜਿਵੇਂ ਉਹ ਇੱਥੇ ਰਹਿੰਦੇ ਸੀ। ਵਾਕਈ। ਸੋ ਅੱਜ ਦੀਆਂ ਗੱਲਾਂ ਬਾਤਾਂ ਦੀ ਫਿਰ ਰਸਮੀ ਤੌਰ ਤੇ ਸ਼ੁਰੂਆਤ ਕਰੀਏ। ਜੀ ਬਿਲਕੁਲ। ਅੱਜ ਜਿਹੜੀ ਗੱਲ ਮੈਂ ਤੁਹਾਨੂੰ ਸੁਣਾਉਣੀ ਆ ਉਹ ਸੁਣ ਕੇ ਤੁਸੀਂ ਹੈਰਾਨ ਜ਼ਰੂਰ ਹੋਵੋਗੇ। ਅੱਛਾ ਜੀ। ਜੀ ਤੁਸੀਂ ਤਾਂ ਜਿਹੜੀ ਗੱਲ ਸੁਣਾਉਣੀ ਆ ਉਹ ਤਾਂ ਸੁਣ ਕੇ ਸ਼ਾਇਦ ਮੈਂ ਹੈਰਾਨ ਹੋਵਾਂ, ਪਰ ਜਿਹੜੀ ਗੱਲ ਮੈਂ ਅੱਜ ਲੈ ਕੇ ਆਈ ਆ ਨਾ ਉਹ ਤੁਹਾਨੂੰ ਹੈਰਾਨ ਦੇ ਨਾਲ ਨਾਲ ਪਰੇਸ਼ਾਨ ਕਰ ਦੇਗੀ। ਮੇਰੇ ਕੋਲ ਅੱਜ ਵੱਡਾ ਸਰਪ੍ਰਾਈਜ਼ ਹੈ। ਅੱਛਾ, ਫਿਰ ਤੁਸੀਂ ਦੱਸੋ ਵੀ ਪਹਿਲਾਂ ਤੁਹਾਡੇ ਵਾਲੀ ਕਰ ਲਈ ਜਾਂ ਮੇਰੇ ਵਾਲੀ? ਕਰ ਤੁਹਾਡੇ ਵਾਲੀ ਕਰ ਲਈ। ਚਲੋ, ਮੈਂ ਜਿਹੜੀ ਗੱਲ ਕਰਨੀ ਹੈ ਉਹ ਗੱਲ ਬਹੁਤ ਸਾਰੇ ਲੋਕਾਂ ਦੀ ਹੋ ਸਕਦਾ ਵੀ ਆਤਮਾ ਨੂੰ ਬਹੁਤ ਚੰਗੀ ਲੱਗੇ, ਬਹੁਤ ਸਾਰੇ ਲੋਕਾਂ ਨੂੰ ਕੁਝ ਸੋਚਣ ਦੇ ਲਈ ਮਜਬੂਰ ਕਰ ਦੇਵੇ ਤੇ ਬਹੁਤ ਸਾਰੇ ਲੋਕਾਂ ਨੂੰ ਕੁਝ ਕਰਨ ਲਈ ਮਜਬੂਰ ਕਰ ਦੇਵੇ। ਅੱਛਾ, ਜਦੋਂ ਕੁਸਮ ਜੀ ਕਿਤੇ ਟ੍ਰੈਫਿਕ ਲਾਈਟਸ ਆਉਂਦੀਆਂ ਨੇ, ਜਦੋਂ ਕਿਤੇ ਤੁਸੀਂ ਸ਼ਹਿਰ ਦੇ ਵਿੱਚ ਨਿਕਲਦੇ ਹੋ ਤੇ ਆਮ ਤੌਰ ਤੇ ਨਾ ਟ੍ਰੈਫਿਕ ਲਾਈਟਸ ਦੇ ਉੱਪਰ ਕੁਝ ਇੱਕ ਲੋਕ ਜਿਹੜੇ ਮੰਗਣ ਆਉਂਦੇ ਨੇ ਉਹ ਘੇਰਾ ਪਾ ਲੈਂਦੇ ਨੇ, ਹਨਾ? ਔਰ ਮੈਂ ਬੜੀ ਹੈਰਾਨ ਹੁੰਦੀ ਹਾਂ ਉਹਨਾਂ ਦੇ ਜਿਹੜੇ ਨਿੱਕੇ ਨਿੱਕੇ ਬੱਚੇ ਹੁੰਦੇ ਨੇ, ਹਨਾ? ਮੈਂ ਕਈ ਵਾਰ ਇਹ ਮੇਰੇ ਜ਼ਿਹਨ ਦੇ ਵਿੱਚ ਖਿਆਲ ਆਉਂਦਾ ਹੁੰਦਾ ਵੀ ਅਸੀਂ ਆਪਣੇ ਬੱਚਿਆਂ ਨੂੰ ਨਿੱਕੇ ਨਿੱਕੇ ਉਹਦੇ ਤੋਂ ਵੀ ਖਰੋਚ ਤੋਂ ਵੀ ਬਚਾ ਕੇ ਰੱਖਦੇ ਹਾਂ, ਹਨਾ? ਵੀ ਇਹਨੂੰ ਕੁਛ ਲੱਗ ਨਾ ਜਾਵੇ, ਨੰਗੇ ਪੈਰੀ ਨਾ ਘੁੰਮੇ, ਮਿੱਟੀ ਨਾ ਲੱਗ ਜਾਵੇ। ਤੇ ਇਹ ਬੱਚੇ ਦੇਖ ਲਓ ਵੀ ਠੰਡ 'ਚ ਵੀ ਨੰਗੇ ਕੋ ਤੁਰੇ ਫਿਰਦੇ ਆ, ਕੋਈ ਇਹਨਾਂ ਦੇ ਜਰਾਬ ਨਹੀਂ, ਨੰਗੇ ਪੈਰੀ, ਨੰਗੇ ਸਰੀਰ, ਨੰਗੇ ਪਿੰਡੇ, ਨਾਲ ਦੀ ਨਾਲ ਆਪਣੀ ਮਾਂ ਦੇ ਨਾਲ ਨਾਲ ਭੀਖ ਮੰਗਦੇ ਫਿਰਦੇ ਹੁੰਦੇ ਆ। ਇਹ ਕਿੱਤਾ ਬੜਾ ਮਾੜਾ, ਭੀਖ ਮੰਗਣੀ ਨਹੀਂ ਚਾਹੀਦੀ, ਬਹੁਤ ਮਾੜਾ ਕੰਮ ਹੈ। ਪਰ ਜਦੋਂ ਕੋਈ ਭੀਖ ਮੰਗਣ ਵਾਲਾ ਬੰਦਾ ਕੋਈ ਨੇਕ ਕੰਮ ਕਰ ਜਾਵੇ ਤਾਂ ਉਹਨੂੰ ਵੀ ਜ਼ਰੂਰ ਕਹਿ ਲਓ ਵੀ ਸਲਾਉਣਾ ਚਾਹੀਦਾ, ਉਹਦੀ ਤਾਰੀਫ ਵੀ ਜ਼ਰੂਰ ਕਰਨੀ ਚਾਹੀਦੀ ਹੈ, ਹਨਾ? ਤੇ ਆਮ ਤੌਰ ਤੇ ਅਸੀਂ ਇਹ ਦੇਖਦੇ ਹਾਂ ਕਿ ਇਹ ਲੋਕ ਵਿਚਾਰੇ ਕਿਤੇ ਕਿਤੇ ਦੋ ਵਕਤ ਦੀ ਰੋਟੀ ਵੀ ਨਹੀਂ ਮਿਲਦੀ, ਕਿਤੇ ਵਿਚਾਰੇ ਕਿਸੇ ਚੌਂਕ 'ਚ ਖੜੇ ਹੁੰਦੇ ਨੇ, ਕਿਤੇ ਵਿਚਾਰੇ ਕਿਵੇਂ ਜ਼ਿੰਦਗੀ ਦਾ ਗੁਜ਼ਰ ਬਸਰ ਕਰਦੇ ਨੇ। ਪਰ ਕੁਝ ਇੱਕ ਭਿਖਾਰੀ ਅੱਜ ਕੱਲ੍ਹ ਸਿਆਣੇ ਵੀ ਹੋ ਗਏ ਨੇ, ਮੈਂ ਤੁਹਾਨੂੰ ਦੱਸਾਂ। ਅੱਛਾ। ਉਹ ਨਾ ਆਪਣਾ ਜਿਹੜੀ ਜਮ੍ਹਾਂ ਪੂੰਜੀ ਹੈ ਉਹ ਕਿਤੇ ਨਾ ਕਿਤੇ ਮਤਲਬ ਪੈਸਾ ਜਮ੍ਹਾਂ ਕਰਕੇ ਰੱਖਣਾ ਸ਼ੁਰੂ ਕੀਤਾ ਹੋਇਆ ਉਹਨਾਂ ਨੇ। ਤੇ ਜਿਹੜੀ ਗੱਲ ਅੱਜ ਮੈਂ ਤੁਹਾਨੂੰ ਸੁਣਾਉਣੀ ਹੈ ਉਹ ਵੀ ਕਿ ਅਸੀਂ ਬੀਬੀ ਦੀ ਹੈ ਜਿਹਨੇ ਕਿ ਭੀਖ ਮੰਗ ਮੰਗ ਕੇ 6,61,000 ਰੁਪਇਆ ਇਕੱਠਾ ਕੀਤਾ। ਲੱਖਾਂ ਰੁਪਈਆ ਜੀ ਭੀਖ ਮੰਗ ਕੇ? ਜੀ, ਇਹ ਕਿਵੇਂ ਸੰਭਵ ਹੋ ਸਕਦਾ? ਇਹ ਤਾਂ ਹੁਣ ਖੈਰ ਬੀਬੀ ਜਾਣਦੀ ਹੈ, ਪਰ ਉਹ ਇਸ ਦੁਨੀਆਂ ਦੇ ਵਿੱਚ ਨਹੀਂ, ਇਸ ਲਈ ਇਹ ਰਾਜ਼ ਕਹਿ ਲਓ ਵੀ ਉਹਨਾਂ ਦੇ ਨਾਲ ਹੀ ਚਲਾ ਗਿਆ। ਪਰ ਜੋ ਉਹਨੇ ਕੰਮ ਕੀਤਾ ਕਹਿ ਲਓ ਮਰਨ ਤੋਂ ਬਾਅਦ, ਉਹ ਇਸੇ ਕਰਕੇ ਸੁਰਖੀਆਂ ਦੇ ਵਿੱਚ ਆਈ ਵੀ ਉਹ ਕੰਮ ਲਾਜਵਾਬ ਹੈ। ਹਰਮਨ ਜੀ, ਮੈਨੂੰ ਲੱਗਦਾ ਤੁਸੀਂ ਥੋੜਾ ਜਿਹਾ ਗਲਤ ਬੋਲ ਗਏ, ਮਰਨ ਤੋਂ ਬਾਅਦ ਕੰਮ ਕੀਤਾ ਕਿ ਮਰਨ ਤੋਂ ਪਹਿਲਾਂ ਕਰ ਗਈ? ਦੇਖੋ, ਮੈਂ ਤੁਹਾਡੀ ਨਾ ਉਹ ਕਹਿੰਦੇ ਹਾਜ਼ਰੀ ਵੀ ਵੇਖਣਾ ਸੀ, ਤੁਸੀਂ ਕਿੰਨੇ ਕੁ ਸੁਚੇਤ ਹੋ ਕੇ ਮੇਰੀ ਗੱਲ ਸੁਣਦੇ ਪਏ ਹੋ। ਸੋ ਇਹ ਮਰਨ ਤੋਂ ਬਾਅਦ ਹੀ ਕੰਮ ਹੋਇਆ, ਤਾਂ ਹੀ ਤਾਂ ਨਾਮਣਾ ਖੱਟ ਗਈ ਉਹ। ਨਹੀਂ, ਪਰ ਹੋਇਆ ਕੀ? ਅਸਲ ਦੇ ਵਿੱਚ ਇਹ ਜਿਹੜੀ ਬੀਬੀ ਹੈ ਜਿਹਦੀ ਮੈਂ ਗੱਲ ਕਰੀ, ਤਾਂ ਨਾਮ ਹੈ ਨੰਦਨੀ ਸ਼ਰਮਾ। ਅੱਛਾ। ਤੇ ਇਹ ਕਹਿੰਦੇ ਕਿ ਰਾਜਸਥਾਨ ਦੇ ਵਿੱਚ ਅਜਮੇਰ ਦੀ ਜੇ ਮੈਂ ਗੱਲ ਕਰਾਂ, ਉੱਥੇ ਇੱਕ ਮੰਦਿਰ, ਉਹਦੇ ਬਾਹਰ ਭੀਖ ਮੰਗਣ ਦਾ ਕੰਮ ਕਰਦੀ ਹੁੰਦੀ ਸੀ, ਹਨਾ? ਤੇ ਉੱਥੇ ਭੀਖ ਮੰਗਣੀ, ਉੱਥੇ ਹੀ ਵਿਚਾਰੀ ਨੇ ਕਹਿ ਲਓ ਵੀ ਮੰਦਿਰ ਦੇ ਵਿੱਚੋਂ ਖਾਣ ਨੂੰ ਜਲਬਣਾ ਖਾ ਪੀ ਲੈਣਾ, ਹਨਾ? ਪਰ ਸੀਗੀ ਨੇਕ ਦਿਲ ਔਰਤ, ਇਹਨੇ ਕੀਤਾ ਕੀ ਕਿ ਇਹ ਨਾ ਜਦੋਂ ਕਹਿ ਲਓ ਵੀ ਜ਼ਿੰਦਗੀ ਦਾ ਅਖੀਰਲੇ ਦਿਨ ਸੀ, ਹਨਾ, ਜਾਂ ਕਹਿ ਲਓ ਵੀ ਕਿਤਨਾ ਕਿਤਨਾ ਬੰਦੇ ਨੂੰ ਅਹਿਸਾਸ ਹੋ ਜਾਂਦਾ ਨਾ ਵੀ ਹੁਣ ਮੈਂ ਬਹੁਤਾ ਦੇਰ ਨਹੀਂ ਟਿਕ ਪਾਉਣਾ, ਬਹੁਤਾ ਦੇਰ ਨਹੀਂ ਜ਼ਿੰਦਾ ਰਹਿ ਪਾਉਣਾ, ਸੋ ਇਹਨਾਂ ਨੂੰ ਵੀ ਇੱਦਾਂ ਹੀ ਅਹਿਸਾਸ ਹੋਇਆ। ਤੇ ਕਹਿੰਦੇ ਕਿ ਨੰਦਨੀ ਸ਼ਰਮਾ ਨੇ ਕੀ ਕੀਤਾ ਕਿ ਜਿਹੜਾ ਇਹਨੇ ਭੀਖ ਮੰਗ ਮੰਗ ਕੇ ਪੈਸਾ ਇਕੱਠਾ ਕੀਤਾ ਹੋਇਆ ਸੀ 6.61 ਲੱਖ, ਯਾਨੀ ਕਿ 6,61,000 ਰੁਪਈਆ ਇਹ ਜਿਹੜਾ ਇਕੱਠਾ ਕੀਤਾ ਸੀ, ਇਹ ਨਾ ਉਸ ਮੰਦਿਰ ਦੇ ਇੱਕ ਟਰੱਸਟੀ ਨੂੰ ਇਹ ਪੈਸਾ ਦੇ ਦਿੱਤਾ। ਅੱਛਾ। ਉਹਨਾਂ ਨੂੰ ਕਹਿੰਦੇ ਵੀ ਇਹ ਜਿਹੜਾ ਪੈਸਾ ਹੈ ਇਹ ਤੁਸੀਂ ਕਿਸੇ ਨੇਕ ਕੰਮ ਦੇ ਵਿੱਚ ਲਗਾ ਦਿਓ। ਅੱਛਾ। ਸੋ ਟਰੱਸਟੀ ਵੀ ਇਮਾਨਦਾਰ ਸੀ, ਮੈਂ ਕਹਿੰਦੀ ਹਾਂ ਇਹੋ ਜਿਹੇ ਟਰੱਸਟੀ ਨੂੰ ਵੀ ਸਲਾਮ ਹੈ। ਬਿਲਕੁਲ, ਨਹੀਂ ਤਾਂ ਉਹ ਪੈਸਾ ਗਬਨ ਕਰ ਸਕਦਾ ਸੀ। ਉਹਨੇ ਕੀ ਕੀਤਾ ਕਿ ਉਹ ਪੈਸਾ ਜਿਹੜਾ ਸੀ ਉਹ ਬੈਂਕ ਦੇ ਵਿੱਚ ਜਮ੍ਹਾਂ ਕਰਾਤਾ। ਅੱਛਾ। ਹੈ ਨਾ, ਪਿਛਲੇ ਸਾਲ ਨੰਦਨੀ ਸ਼ਰਮਾ ਦੀ ਡੈਥ ਹੋ ਗਈ। ਅੱਛਾ। ਉਹ ਇਸ ਦੁਨੀਆਂ ਤੋਂ ਚਲੀ ਗਈ ਤੇ ਕਹਿੰਦੇ ਕਿ ਜਿਹੜਾ ਪੈਸਾ ਉਹ ਬੈਂਕ ਦੇ ਵਿੱਚ ਜਮ੍ਹਾਂ ਰਿਹਾ, ਹੁਣ ਉਹਨੂੰ ਟਰੱਸਟੀ ਨੂੰ ਇਹ ਸੀਗਾ ਕਿ ਮੈਂ ਇਹ ਜਿਹੜਾ ਪੈਸਾ ਹੈ ਇਹਨੂੰ ਕਿਸੇ ਨੇਕ ਕੰਮ ਦੇ ਵਿੱਚ ਲਗਵਾਵਾਂ, ਕਿਉਂਕਿ ਅਗਲੀ ਦੀ ਆਖਰੀ ਇੱਛਾ ਸੀ, ਹੈ ਨਾ? ਸੋ ਉਹਨੇ ਕੀ ਕੀਤਾ ਕਿ ਹੁਣ ਜਿਹੜਾ ਪੁਲਵਾਮਾ ਦੇ ਵਿੱਚ ਅਟੈਕ ਹੋਇਆ, ਅੱਛਾ, ਉਸ ਅਟੈਕ ਦੇ ਵਿੱਚ ਜਿਹੜੇ
ਜਿਹੜੇ ਜਵਾਨ ਸ਼ਹੀਦ ਹੋਏ ਉਹਨਾਂ ਨੂੰ ਉਹ ਸਾਰਾ ਪੈਸਾ ਜਿਹੜਾ ਹੈ ਉਹ ਦਾਨ ਕਰ ਦਿੱਤਾ। ਮਾਈ ਗਾਡ, ਉਹਨਾਂ ਦੇ ਪਰਿਵਾਰਾਂ ਨੂੰ। ਕਿੰਨਾ ਨੇਕ ਕੰਮ ਕਰ ਗਈ ਨਾ ਨੰਦਨੀ। ਔਰ ਮੈਂ ਇਹ ਸੋਚ ਰਹੀ ਸੀਗੀ ਵੀ ਉਹਨੇ ਸਾਰੀ ਉਮਰ ਜਿਹੜੀ ਆਪਣੀ ਉਹ ਮੰਗ ਕੇ ਗੁਆ ਦਿੱਤੀ ਹੈ ਨਾ, ਉਹ ਸੜਕਾਂ ਤੇ ਘੁੰਮ ਫਿਰ ਕੇ ਗੁਆ ਦਿੱਤੀ, ਉਹ ਲੋਕਾਂ ਦੇ ਤਿਰਸਕਾਰ ਸਹਿੰਦੀ ਨੇ ਗੁਆ ਦਿੱਤੀ, ਲੋਕ ਉਹਨੂੰ ਨਜ਼ਰ ਅੰਦਾਜ਼ ਵੀ ਕਰਦੇ ਹੋਣਗੇ ਨਾ, ਧੱਕੇ ਵੀ ਦਿੰਦੇ ਹੋਣਗੇ, ਇੰਨਾ ਉਹਨੇ ਕਰਕੇ ਸੰਘਰਸ਼ ਤੇ ਆਖਰ ਦੇ ਵਿੱਚ ਪੈਸਾ ਸ਼ਹੀਦਾਂ ਨੂੰ। ਜੀ ਕਿਆ ਬਾਤ ਹੈ। ਔਰ ਮੈਂ ਕਹਿੰਦੀ ਹਾਂ ਮੈਂ ਦਾਤ ਦਿੰਦੀ ਹਾਂ ਨੰਦਨੀ ਸ਼ਰਮਾ ਦੀ ਵੀ, ਅਤੇ ਮੈਂ ਦਾਤ ਦਿੰਦੀ ਹਾਂ ਉਸ ਟਰੱਸਟੀ ਦੀ ਵੀ ਜਿਨ੍ਹਾਂ ਨੇ ਕਿ ਉਹ ਪੈਸਾ ਵਾਕਈ ਨੇਕ ਕੰਮ ਦੇ ਵਿੱਚ ਲਗਾ ਦਿੱਤਾ। ਬਿਲਕੁਲ, ਮੈਨੂੰ ਯਾਦ ਆ ਹਰਮਨ ਜੀ, ਇਸ ਗੱਲ ਤੋਂ ਮੈਨੂੰ ਉਹ ਗੱਲ ਯਾਦ ਆ ਗਈ ਵੀ ਸਾਡੇ ਨਾਨਕੇ ਘਰ ਨਾ ਗਲੀ ਦੇ ਵਿੱਚ ਇੱਕ ਭਿਖਾਰਨ ਆਉਂਦੀ ਹੁੰਦੀ ਸੀਗੀ, ਉਹ ਮੰਗਦੀ ਹੁੰਦੀ ਸੀਗੀ, ਅਤੇ ਉਹਨੇ ਆਉਣਾ ਕਿਸੇ ਦਿਨ ਸੁੱਧ 'ਤੇ ਵੀ, ਰੱਖੜੀ 'ਤੇ ਆ ਗਈ, ਲੋਹੜੀ 'ਤੇ ਆ ਗਈ, ਤਿਉਹਾਰ 'ਤੇ ਨਾ, ਸੰਗਰਾਂਦ 'ਤੇ ਆ ਗਈ, ਅਤੇ ਉਹਨੇ ਥੋੜ੍ਹੇ ਥੋੜ੍ਹੇ ਪੈਸੇ ਜਿੰਨੇ ਉਹਨੂੰ ਮਿਲਣੇ ਉਹਨੇ ਉਹ ਪੈਸਾ ਆਪਦੇ ਬੱਚਿਆਂ ਦੀ ਪੜ੍ਹਾਈ 'ਤੇ ਲਾਇਆ ਸੀ। ਉਹਨੇ ਉਹਨਾਂ ਨੂੰ ਭੀਖ ਮੰਗਣ ਨਹੀਂ ਲਾਇਆ, ਆਪ ਉਹਨੇ ਗਜ਼ਾ ਕਰਕੇ ਲੈ ਜਾਣੀ, ਰੋਟੀਆਂ ਵੀ ਲੈ ਜਾਣੀਆਂ, ਉਹਨਾਂ ਨੂੰ ਖਵਾਉਣੀਆਂ, ਜਾ ਕੇ ਪੈਸਾ ਜੋੜਨਾ, ਅਤੇ ਅੱਜ ਉਹਦੇ ਦੋਵੇਂ ਮੁੰਡੇ ਇੰਜੀਨੀਅਰ ਨੇ। ਵਾਹ, ਮਤਲਬ ਇਹੋ ਜਿਹੇ ਵੀ ਲੋਕ ਨੇ ਇਸ ਧਰਤੀ ਤੇ ਵੀ ਜਿਹੜੇ ਆਪਣੇ ਬੱਚਿਆਂ ਨੂੰ ਉਸ ਅੱਗ ਦੇ ਵਿੱਚ ਨਹੀਂ ਝੋਕਦੇ, ਸਮਾਂ ਉਹਨਾਂ ਨੂੰ ਚੰਗਾ ਭਵਿੱਖ ਦਿੰਦੇ। ਜੀ, ਸੋ ਇਸ ਲਈ ਜਿਹੜੀ ਨੰਦਨੀ ਹੈ ਇਹਨੇ ਬਹੁਤ ਜ਼ਿਆਦਾ ਨਾਮਣਾ ਖੱਟਿਆ, ਹਰ ਬੰਦਾ ਕਿਤੇ ਨਾ ਕਿਤੇ ਉਹਨਾਂ ਨੂੰ, ਚਾਹੇ ਉਹ ਦੁਨੀਆਂ ਦੇ ਵਿੱਚ ਨਹੀਂ ਰਹੀ ਪਰ ਜਿਵੇਂ ਆਪਾਂ ਹਮੇਸ਼ਾ ਕਹਿੰਦੇ ਹੁੰਦੇ ਵੀ ਕੰਮ ਜ਼ਰੂਰ ਚੇਤੇ ਰਹਿੰਦੇ ਨੇ ਬੰਦੇ ਦੇ, ਸੋ ਉਹਨਾਂ ਦੇ ਕੰਮ ਦਾ ਕਰਕੇ ਲੋਕ ਅੱਜ ਉਹਨਾਂ ਦੀ ਤਾਰੀਫ ਜ਼ਰੂਰ ਕਰ ਰਹੇ ਨੇ। ਵੀ ਦੇਖੋ ਅਸੀਂ, ਮੈਂ ਬਹੁਤ ਸਾਰੇ ਲੋਕ ਵੇਖੇ ਨੇ ਜਿਹੜੇ ਸਿਰਫ ਸੋਸ਼ਲ ਮੀਡੀਆ 'ਤੇ ਇਨਕਲਾਬ ਲਿਆਉਣ ਦੀਆਂ ਗੱਲਾਂ ਕਰਦੇ ਨੇ, ਸੋਸ਼ਲ ਮੀਡੀਆ 'ਤੇ ਆਜ਼ਾਦੀ ਲਿਆਉਣ ਦੀਆਂ ਗੱਲਾਂ ਕਰਦੇ ਨੇ, ਸੋਸ਼ਲ ਮੀਡੀਆ 'ਤੇ ਹੀ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਨੇ, ਸੋਸ਼ਲ ਮੀਡੀਆ 'ਤੇ ਹੀ ਸ਼ਹੀਦਾਂ ਦੀ ਮਦਦ ਕਰਨ ਦੀ ਗੱਲ ਕਰਦੇ ਨੇ, ਪਰ ਅਸਲ ਦੇ ਵਿੱਚ ਜੇ ਬਾਂਹ ਫੜਨ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਘੱਟ ਲੋਕ ਨੇ ਜਿਹੜੇ ਅਸਲ 'ਚ ਮੋਹਰੇ ਆਉਂਦੇ ਨੇ। ਉਹੀ ਗੱਲ ਹੈ ਨਾ, ਹੁਣ ਸੋਸ਼ਲ ਮੀਡੀਆ 'ਤੇ ਇਹ ਵੀ ਬਹੁਤ ਤਾਰੀਫ ਹੋ ਰਹੀ ਆ, ਅਪਮਾਨ ਨਾਲ ਕਿਹਾ ਜਾ ਰਿਹਾ ਵੀ ਜੰਗ ਹੋਣੀ ਚਾਹੀਦੀ ਸੀ, ਬਹੁਤ ਵਧੀਆ ਹੋਇਆ, ਇਹ ਇੰਡੀਆ ਨੇ ਕਰਨਾ ਹੀ ਸੀ ਪਾਕਿਸਤਾਨ ਨਾਲੇ, ਹੋਣੀ ਚਾਹੀਦੀ ਸੀਗੀ। ਪਰ ਮੈਨੂੰ ਇਹ ਲੱਗਦਾ ਵੀ ਜਿੰਨੇ ਲੋਕ ਇਹ ਜੰਗ ਦੇ ਪੱਖ ਦੇ ਵਿੱਚ ਖੜੇ ਨੇ ਨਾ, ਆਪੋ ਆਪਣਾ ਇੱਕ ਇੱਕ ਬੱਚਾ ਬਾਰਡਰ 'ਤੇ ਭੇਜਣ, ਫਿਰ ਪਤਾ ਲੱਗੂਗਾ ਵੀ ਜੰਗ ਦੇ ਪੱਖ 'ਚ ਖੜੇ ਹੋਣਾ ਕਿ ਵਿਪੱਖ ਦੇ ਵਿੱਚ। ਨਾਲੇ ਗੱਲ ਇਹ ਹੈ ਵੀ ਬੱਚਾ ਤਾਂ ਬਾਰਡਰ ਦੇ ਉੱਤੇ ਕੀ ਭੇਜਣਾ, ਜਦੋਂ ਜੰਗ ਦੀ ਅੱਗ ਲੱਗਦੀ ਹੈ ਤੇ ਉਹ ਅੱਗ ਕਦੇ ਵੀ ਕੋਈ ਧਰਮ, ਕੋਈ ਛੋਟਾ ਵੱਡਾ ਨਹੀਂ ਵੇਖਦੀ, ਉਹਦੇ ਵਿੱਚ ਸਾਰੇ ਦੇ ਸਾਰੇ ਹੀ ਇੱਕੋ ਜਿਹਾ ਹੀ ਭੋਗਦੇ ਨੇ, ਹਨਾ, ਕੋਈ ਵੱਧ ਭੋਗੇਗਾ, ਕੋਈ ਘੱਟ ਭੋਗੇਗਾ। ਆਪਾਂ ਇਹ ਨਾ ਸੋਚੀਏ ਕਿ ਜੇਕਰ ਅਸੀਂ ਮੋਬਾਈਲ ਫੋਨਾਂ 'ਤੇ ਇਸ ਚੀਜ਼ ਨੂੰ ਵਧਾਵਾ ਦੇ ਰਹੇ ਹਾਂ ਤਾਂ ਇਹਦਾ ਸਾਨੂੰ ਕੋਈ ਨੁਕਸਾਨ ਨਹੀਂ ਹੋਣਾ, ਇਹ ਬਿਲਕੁਲ ਗਲਤ ਹੈ। ਅਸੀਂ ਹਮੇਸ਼ਾ ਪ੍ਰਾਈਮ ਏਸ਼ੀਆ ਟੀਵੀ ਹਮੇਸ਼ਾ ਤੋਂ ਹੀ ਅਮਨ ਦੀ, ਸ਼ਾਂਤੀ ਦੀ ਗੱਲ ਕਰਦਾ ਆਇਆ, ਅਸੀਂ ਹਮੇਸ਼ਾ ਇਹੀ ਕਹਿੰਦੇ ਹਾਂ ਕਿ ਹਮੇਸ਼ਾ ਪੂਰੇ ਮੁਲਕ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਬਰਕਰਾਰ ਰਹਿਣੀ ਚਾਹੀਦੀ ਹੈ, ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ। ਸੋਸ਼ਲ ਮੀਡੀਆ 'ਤੇ ਮੈਨੂੰ ਇਹ ਦੇਖ ਕੇ ਥੋੜ੍ਹੀ ਜਿਹੀ ਖੁਸ਼ੀ ਹੋਈ ਹੈ ਕਿ ਕੁਝ ਲੋਕ ਹੁਣ ਐਂਟੀ ਵਾਰ ਜਿਹੜਾ ਉਹਨਾਂ ਨੇ ਮੁਹਿੰਮ ਛੇੜੀ ਆ, ਵੀ ਉਹ ਇਹ ਲਿਖ ਰਹੇ ਨੇ ਵੀ ਅਸੀਂ ਇਸ ਜੰਗ ਦੇ ਖਿਲਾਫ ਹਾਂ। ਸੋ ਇਹ ਜਿਹੜੀ ਮੁਹਿੰਮ ਛੇੜੀ ਆ, ਮੈਨੂੰ ਲੱਗਦਾ ਇਹਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ, ਉਹਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਚਾਹੀਦਾ ਤਾਂ ਕਿ ਸਰਕਾਰ ਤੱਕ ਇਹ ਜਿਹੜਾ ਪੈਗਾਮ ਪਹੁੰਚੇ ਕਿ ਆਮ ਜਨਤਾ ਕੀ ਚਾਹੁੰਦੀ ਹੈ। ਜੀ, ਕਿਉਂਕਿ ਇਹ ਕੁਰਸੀਆਂ ਦੀ ਖਾਤਰ, ਆਪਣੀਆਂ ਕਹਿ ਲਓ ਵੀ ਨਾ ਵਾਹ ਵਾਹੀ ਖੱਟਣ ਦੀ ਖਾਤਰ, ਆਪਣੇ ਵੋਟਾਂ ਬਣਾਉਣ ਦੀ ਖਾਤਰ ਤਾਂ ਜਿਹੜੇ ਵੱਡੇ ਲੋਕ ਨੇ, ਜਿਹੜੇ ਮੈਂ ਤੁਹਾਨੂੰ ਦੱਸਦੀ ਹਾਂ ਹੁਣ ਜੇ ਗੱਲ ਛੇੜੀ ਗਈ ਹੈ, ਹਨਾ, ਆਪਾਂ ਪ੍ਰਾਈਮ ਵੂਮਨ ਦੇ ਵਿੱਚ ਖੈਰ ਇਹ ਗੱਲ ਕਰ ਰਹੇ ਹਾਂ, ਪਰ ਮੈਨੂੰ ਬੜਾ ਦੁੱਖ ਹੋਇਆ ਜੇ ਮੈਂ ਹਿੰਦੁਸਤਾਨੀ ਮੀਡੀਆ ਦੀ ਗੱਲ ਕਰਾਂ। ਕੱਲ੍ਹ ਸ਼ਾਮ ਮੈਂ ਇੱਕ ਨਿਊਜ਼ ਚੈਨਲ ਵੇਖ ਰਹੀ ਸੀ, ਉਹਦੇ ਵਿੱਚ ਇੱਕ ਲੇਡੀ ਐਂਕਰ, ਉਹਨੇ ਦੋ ਤਿੰਨ ਜਿਹੜੇ ਕੋਈ ਲੀਡਰ ਉਹ ਬੁਲਾਏ ਹੋਏ ਸੀਗੇ ਅਤੇ ਉਹਨਾਂ ਦੇ ਨਾਲ ਉਹ ਗੱਲਬਾਤ ਕਰ ਰਹੀ ਹੈ, ਅਤੇ ਉਹ ਲੇਡੀ ਐਂਕਰ ਕਹਿੰਦੀ ਹੈ ਵੀ ਅਸੀਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇ ਦਿਆਂਗੇ, ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਔਰ ਮੈਂ ਸੱਚੀ ਦੱਸਾਂ, ਮੈਨੂੰ ਇੰਨੀ ਕੁ ਖਿਝ ਆ ਰਹੀ ਸੀ, ਮੈਂ ਮਨ ਦੇ ਵਿੱਚ ਕਹਿ ਲਓ ਵੀ ਇੰਨਾ ਕੁ ਜ਼ਿਆਦਾ ਦੁਖੀ ਸੀ ਵੀ ਇਸ ਬੀਬੀ ਨੂੰ ਕਿਤੇ ਇਹ ਪੁੱਛ ਕੇ ਵੇਖੋ ਵੀ ਹੁਣੇ ਮਾੜਾ ਜਿਹਾ ਕਿਤੇ ਐਲਾਨ ਹੋ ਜਾਵੇ ਨਾ, ਹੁਣੇ ਮਾੜਾ ਜਿਹਾ ਕਿਤੇ ਇਹੋ ਜਿਹੀ ਹਵਾ ਤੁਰ ਪਵੇ ਨਾ, ਵਗ ਜਾਵੇ ਨਾ, ਤਾਂ ਸਭ ਤੋਂ ਪਹਿਲਾਂ ਤੁਸੀਂ ਭੱਜੋਗੇ। ਸਹੀ ਗੱਲ, ਅੱਧਿਓ ਜ਼ਿਆਦਾ ਤਾਂ ਜਿਹੜਾ ਮੀਡੀਆ ਹੈ ਉਹ ਆਪਣੀ ਇੰਨੀ ਕੁ ਘਟੀਆ ਕਹਿ ਲਓ ਵੀ ਪੇਸ਼ਕਾਰੀ ਕਰ ਰਿਹਾ, ਜਿਹਦੇ ਕਰਕੇ ਲੋਕ ਜਿਹੜੇ ਦੁਖੀ ਨੇ ਉਹਨਾਂ ਨੂੰ ਹੋਰ ਜ਼ਿਆਦਾ ਦੁੱਖ ਪਹੁੰਚ ਰਿਹਾ। ਮੀਡੀਆ ਨਾ ਆਪਣੀ ਜ਼ਿੰਮੇਦਾਰੀ ਭੁੱਲ ਗਿਆ ਜੀ, ਇੱਥੇ ਬੈਠ ਕੇ ਹੁਣ ਅਸੀਂ ਆਪਣੇ ਮੂੰਹ ਮੀਆਂ ਮਿੱਠੂ ਨਹੀਂ ਬਣ ਰਹੇ, ਪਰ ਲੋਕਾਂ ਨੂੰ ਪਤਾ ਹੈ ਕਿ ਅਸੀਂ ਜਦੋਂ ਵੀ ਇਸ ਜੰਗ ਦੀ ਜਾਂ ਇਸ ਹਮਲੇ ਦੀ, ਸ਼ਹੀਦਾਂ ਦੀ ਗੱਲ ਕੀਤੀ ਹੈ ਤਾਂ ਅਸੀਂ ਅਮਨ ਦੀ ਗੱਲ ਕੀਤੀ ਹੈ, ਸ਼ਾਂਤੀ ਦੀ ਗੱਲ ਕੀਤੀ ਹੈ, ਕੋਈ ਵਧਾਵਾ ਦੇਣ ਦੀ ਗੱਲ ਨਹੀਂ ਕੀਤੀ। ਉਹ ਜਿਹੜੇ ਲੀਡਰ ਬੈਠੇ ਸੀ ਉਹ ਕਹੀ ਜਾਣ ਅਸੀਂ ਪਾਕਿਸਤਾਨ ਨੂੰ ਦੱਸ ਦੇਣਾ ਚਾਹੁੰਦੇ ਹਾਂ, ਅੱਗੇ ਤੋਂ ਜੇ ਅੱਖ ਚੱਕਣਗੇ ਤਾਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਮੋਦੀ ਜੀ ਦੇ ਹੱਥਾਂ 'ਚ ਬਹੁਤ ਸੁਰੱਖਿਅਤ ਆ ਦੇਸ਼, ਇਹ ਹੋਇਆ ਜੇ ਸੁਰੱਖਿਅਤ ਹੈ ਤਾਂ ਜੋ ਪੁਲਵਾਮਾ ਦੇ ਵਿੱਚ ਪਹਿਲਾਂ ਹੋਇਆ ਹੋਣਾ ਹੀ ਨਹੀਂ ਚਾਹੀਦਾ ਸੀ। ਇਸ ਵਿਚਕਾਰ ਹਰਮਨ ਜੀ ਜੇ ਇਮਰਾਨ ਖਾਨ ਵਰਗੇ ਨੇਤਾ ਨੇ ਉਹ ਇੱਕ ਆਪਣੀ ਵੀਡੀਓ ਜਾਰੀ ਕਰ ਦਿੱਤੀ ਵੀ ਸਾਨੂੰ ਅਮਨ ਤੋਂ ਕੰਮ ਲੈਣਾ ਚਾਹੀਦਾ, ਖੈਰ ਉਹਦੇ ਪਿੱਛੇ ਬਹੁਤ ਸਾਰੇ ਰੀਜ਼ਨ ਹੋ ਸਕਦੇ ਆ, ਮਾੜੇ ਰੀਜ਼ਨ ਵੀ ਹੋ ਸਕਦੇ ਆ, ਪਰ ਉਹਦੇ 'ਤੇ ਡਰੋਲ ਕਰਨਾ ਸ਼ੁਰੂ ਕਰ ਦਿੱਤਾ, ਉਹਨੂੰ
ਮਜ਼ਾਕ ਬਣਾ ਲਿਆ ਵੀ ਇਹ ਐਂ ਦੇਖ ਲਵੇ ਓਂ ਦੇਖ ਲਵੇ। ਮੈਂ ਇੱਕ ਸੋਸ਼ਲ ਮੀਡੀਆ ਤੇ ਕੋਟ ਪੜ੍ਹ ਰਹੀ ਸੀ, ਪਤਾ ਨੀ ਕਿਹਨੇ ਲਿਖਿਆ ਸੀਗਾ ਵੀ ਜਿਸ ਜੰਗ ਦੇ ਵਿੱਚ ਜਿਹੜਾ ਸਿਆਸਤਦਾਨ ਆ, ਜਿਹੜਾ ਨੇਤਾ ਆ, ਜਿਹੜਾ ਬਾਦਸ਼ਾਹ ਆ, ਜਿਹੜਾ ਉਹਦੀ ਕੁਰਸੀ ਨੂੰ ਜੇ ਕੋਈ ਨਾ ਨੁਕਸਾਨ ਨਹੀਂ ਪਹੁੰਚਦਾ ਤਾਂ ਉਹ ਜੰਗ ਨੀ ਹੈਗੀ, ਉਹ ਸਿਆਸਤ ਹੈ। ਵਾਕਈ ਇਹ ਚਾਣਕਿਆ ਦੀਆਂ ਸਤਰਾਂ ਨੇ। ਸੋ ਗੱਲ ਉਹੀ ਹੈ, ਮੈਂ ਮੋਦੀ ਹੋਰਾਂ ਦੀ ਸਪੀਚ ਸੁਣੀ, ਉਹ ਚੋਂ ਕਹਿੰਦੇ ਜੀ ਮੈਂ ਝੁਕਣ ਨਹੀਂ ਦਿਆਂਗਾ, ਤੁਸੀਂ ਮੰਨੋ ਦੇਸ਼ ਸੁਰੱਖਿਅਤ ਹੱਥਾਂ 'ਚ ਹੈ। ਅਸੀਂ ਤਾਂ ਮੰਨ ਗਏ ਸੁਰੱਖਿਅਤ ਹੱਥਾਂ 'ਚ ਹੈ, ਪਰ ਬਾਰਡਰ ਤੇ ਆਪ ਤਾਂ ਜਾ ਕੇ ਵੇਖੋ, ਅਸੀਂ ਲੋਕ ਜਿਹੜੇ ਜੰਗ ਦੇ ਨਾਲ ਖੜੇ ਨੇ ਅਸੀਂ ਇਹ ਵੀ ਭੁੱਲ ਗਏ ਹਾਂ ਵੀ ਇਸ ਹਮਲੇ ਤੋਂ ਬਾਅਦ, ਇਸ ਬੰਬਬਾਰੀ ਤੋਂ ਬਾਅਦ ਸਾਨੂੰ ਕਿੰਨੇ ਮੁੱਦੇ ਆ ਜਿਹੜੇ ਉਹਨਾਂ ਤੋਂ ਸਾਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ। ਸਾਨੂੰ ਭਟਕਾਇਆ ਗਿਆ ਹੈ, ਭ੍ਰਿਸ਼ਟਾਚਾਰ ਮੁੱਦਾ ਹੈ, ਕੁੜੀਆਂ ਦੀਆਂ ਰੋਜ਼ ਪੱਤਾਂ ਰੋਲ ਰਹੀਆਂ ਨੇ, ਕਿਸੇ ਨੂੰ ਨੌਕਰੀ ਨਹੀਂ ਮਿਲ ਰਹੀ, ਕੋਈ ਰੋਟੀ ਖਾਣ ਤੋਂ ਬੈਠਾ ਹੈ, ਉਹ ਸਾਰੇ ਮੁੱਦੇ ਸਹੂਲਤਾਂ ਸਾਡੇ ਕੋਲ ਨਹੀਂ ਹੈਗੀਆਂ ਵਾਕਈ। ਔਰ ਤੁਸੀਂ ਕਦੇ ਵੀ ਥੋੜਾ ਜਿਹਾ ਧਿਆਨ ਦੇ ਕੇ ਵੇਖਿਓ, ਜਦੋਂ ਵੀ ਕੋਈ ਇੱਕ ਮੁੱਦਾ ਜਦੋਂ ਭਖਦਾ ਹੈ, ਉਸ ਮੁੱਦੇ ਨੂੰ ਦਬਾਉਣ ਦੇ ਲਈ ਦੂਸਰਾ ਮੁੱਦਾ ਜਿਹੜਾ ਉਹ ਜ਼ਰੂਰ ਚਮਕਾਇਆ ਜਾਂਦਾ ਹੈ ਤੇ ਜ਼ਰੂਰ ਲੋਕਾਂ ਦਾ ਧਿਆਨ ਭਟਕਾਇਆ ਜਾਂਦਾ। ਪਾਗਲ ਨੇ ਵੀ ਉਹਨਾਂ ਦੇ ਮਗਰ ਲੱਗ ਜਾਂਦੇ ਨੇ। ਖੈਰ, ਇੱਥੇ ਵੇਲਾ ਵਕਫੇ ਦਾ ਹੋ ਗਿਆ, ਵਕਫੇ ਤੋਂ ਬਾਅਦ ਪ੍ਰਾਈਮ ਅਮਨ ਦੇ ਵਿੱਚ ਗੱਲਾਂ ਨੂੰ ਅੱਗੇ ਤੋਰਦੇ ਹਾਂ। ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਵੂਮਨ ਦੇ ਵਿੱਚ, ਤੇ ਹੁਣ ਗੱਲਾਂ ਬਾਤਾਂ ਨੂੰ ਅੱਗੇ ਤੋਰਦੇ ਹਾਂ। ਹੁਣ ਤੁਸੀਂ ਹੈਰਾਨ ਪਰੇਸ਼ਾਨ ਜੋ ਵੀ ਕਰਨਾ ਕਰ ਸਕਦੇ ਹੋ। ਉਸ ਤੋਂ ਪਹਿਲਾਂ ਮੈਨੂੰ ਹਰਮਨ ਜੀ ਇਹ ਗੱਲ ਦੱਸੋ ਵੀ ਘਰ ਦੇ ਵਿੱਚ ਕਦੇ ਰਾਤ ਨੂੰ ਇਕੱਲੇ ਰਹੇ ਹੋ? ਯਾਦ ਕਰਨਾ ਪਊਗਾ, ਕਦੇ ਵੈਸੇ ਏਦਾਂ ਦਾ ਮੌਕਾ ਹੋਇਆ ਨੀ। ਕਦੀ ਪੂਰੇ ਮਹੱਲੇ ਵਿੱਚ ਇਕੱਲੇ ਹੋਵੋ? ਕੀ ਹੋ ਗਿਆ ਤੁਹਾਨੂੰ? ਮੈਂ ਕਹਿੰਦੀ ਨੀ, ਮੈਂ ਘਰੇ ਨੀ ਕਦੀ ਇਕੱਲੀ। ਪੂਰੇ ਪਿੰਡ 'ਚ ਇਕੱਲੇ ਹੋਵੋ? ਕੀ ਹੋ ਗਿਆ? ਪੂਰੇ ਸ਼ਹਿਰ 'ਚ ਇਕੱਲੇ ਹੋਵੋ? ਤੁਸੀਂ ਮੈਨੂੰ ਠੀਕ ਨੀ ਲੱਗ ਰਹੇ ਅੱਜ, ਇਹ ਜਿੱਦਾਂ ਦੀਆਂ ਗੱਲਾਂ ਕਰ ਰਹੇ ਨੇ ਨਾ, ਇਹ ਕੁਛ ਕਰਨਗੇ ਅੱਜ। ਮੈਂ ਇੱਕ ਬੀਬੀ ਦੀ ਕਹਾਣੀ ਪੜ੍ਹੀ ਤੇ ਮੈਨੂੰ ਬੜੀ ਹੈਰਾਨੀ ਹੋਈ। ਕਿਉਂ? ਦੱਖਣ ਕੋਰੀਆ ਤੇ ਜਾਪਾਨ ਦੇ ਵਿਚਕਾਰ ਨਾ ਇੱਕ ਦੀਪ ਆ, ਦੋਕੋਦੋ ਦੀਪ। ਉਹ ਪਿਛਲੇ 250 ਸਾਲ ਤੋਂ ਖਾਲੀ ਪਿਆ, 250 ਸਾਲ ਤੋਂ, 250 ਸਾਲਾਂ ਤੋਂ ਖਾਲੀ ਪਿਆ। ਤੇ ਹੁਣ ਇਹ ਦੋਵੇਂ ਦੇਸ਼ ਆ ਜਿਹੜੇ ਦੱਖਣ ਕੋਰੀਆ ਤੇ ਜਾਪਾਨ ਆ, ਇਹਦੇ ਤੇ ਆਪਣਾ ਇਹਨਾਂ ਦਾ ਵਿਵਾਦ ਚੱਲਦਾ ਵੀ ਉਹ ਕਹਿੰਦਾ ਮੇਰਾ ਹੱਕ ਆ, ਉਹ ਕਹਿੰਦਾ ਮੇਰਾ ਹੱਕ ਆ, ਹਨਾ, ਪਰ ਮਿਲ ਦੋਵਾਂ ਨੂੰ ਨਹੀਂ ਰਿਹਾ। ਉਸ ਥਾਂ ਤੇ, ਉਸ ਦੀਪ ਤੇ ਇੱਕ ਔਰਤ ਆ ਜਿਹੜੀ ਉਹ ਇਕੱਲੀ ਰਹਿੰਦੀ ਆ। ਹੈ ਜੀ, ਇਹ ਇਕੱਲੀ ਕੀ ਕਰਦੀ ਆ ਉੱਥੇ? ਪਿਛਲੇ ਕਈ ਸਾਲਾਂ ਤੋਂ ਇਕੱਲੀ ਰਹਿ ਰਹੀ ਆ ਉਹ, ਤਕਰੀਬਨ ਪਿਛਲੇ 28 ਸਾਲ ਤੋਂ ਇਕੱਲੀ ਰਹਿ ਰਹੀ ਆ। ਨਹੀਂ, ਪਰ ਕਿਉਂ? ਕਾਰਨ ਕੀ ਬਣ ਗਿਆ? ਉਹ ਕਹਿੰਦੀ ਮੈਨੂੰ ਇਸ ਦੀਪ ਤੇ ਰਹਿਣਾ ਸੋਹਣਾ ਲੱਗਦਾ ਆ, ਮੈਨੂੰ ਵਧੀਆ ਲੱਗਦਾ, ਮੈਂ ਇਕੱਲੀ ਰਹਿੰਦੀ ਹਾਂ ਤੇ ਇਸ ਲਈ ਮੈਂ 28 ਸਾਲਾਂ ਤੋਂ ਇੱਥੇ ਰਹਿ ਰਹੀ ਹਾਂ। ਹਾਲਾਂਕਿ ਉੱਥੇ ਬਹੁਤ ਸਾਰੀਆਂ ਮੁਸ਼ਕਲਾਂ ਨੇ, ਮਤਲਬ ਜਦੋਂ ਉੱਥੇ ਮੌਸਮ ਖਰਾਬ ਹੋ ਜਾਂਦਾ ਆ ਤਾਂ ਜਿਹੜਾ ਸ਼ਹਿਰ ਦੇ ਨਾਲ ਉਹਦਾ ਰਾਬਤਾ ਕੱਟ ਹੋ ਜਾਂਦਾ ਆ, ਫਿਰ ਉੱਥੇ ਬਹੁਤ ਸਾਰੇ ਜਵਾਲਾਮੁਖੀ ਨੇ ਜਿਹਦੇ ਕਰਕੇ ਉੱਥੇ ਦਾ ਬਹੁਤ ਮਾਹੌਲ ਖਰਾਬ ਰਹਿੰਦਾ ਆ, ਪਰ ਇਸ ਦੀਪ ਦੀ ਇਕੱਲੀ ਨਾਗਰਿਕ ਆ ਉੱਥੇ। ਵਾਹ, ਮੈਂ ਤਾਂ ਸੋਚ ਰਹੀ ਹਾਂ ਰਹਿੰਦੀ ਕਿਵੇਂ ਹੋਏਗੀ ਬੀਬੀ ਉੱਥੇ। ਔਰ ਤੁਸੀਂ ਉਹਦੀ ਉਮਰ ਜਾਣ ਕੇ ਵੀ ਬਹੁਤ ਹੈਰਾਨ ਹੋਵੋਗੇ ਵੀ ਇੰਨੀ ਬਜ਼ੁਰਗ ਬੀਬੀ ਆਪਣੇ ਆਪ ਨੂੰ ਕਿਵੇਂ ਸਾਂਭਦੀ। ਮਤਲਬ ਜੇ 28 ਸਾਲਾਂ ਤੋਂ ਰਹਿੰਦੀ ਹੈ ਤਾਂ ਲਾ ਲਓ ਵੀ ਜਦੋਂ ਗਈ ਹੋਏਗੀ ਤਾਂ ਜੇ 10-20 ਸਾਲ ਦੀ ਉਮਰ ਉਦੋਂ ਵੀ ਹੋਏਗੀ ਤਾਂ 48-50 ਸਾਲ ਦੇ ਨੇੜੇ ਤੇੜੇ ਹੋਏਗੀ ਬੀਬੀ। ਤੋਂ ਵੀ ਡਬਲ 81 ਸਾਲ ਦੀ ਬਜ਼ੁਰਗ ਆ ਇਹ, ਜਿਹਨਾਂ ਦਾ ਨਾਮ ਹੈ ਕਿਨਸਨ ਓਲ। ਕਿੰਨੀ ਉਮਰ ਹੈ? 81। Oh my God! ਔਰ ਇਹ 28 ਸਾਲਾਂ ਤੋਂ ਇੱਥੇ ਰਹਿ ਰਹੀ ਆ, ਔਰ ਖਾਸ ਗੱਲ ਇਹ ਆ ਵੀ ਉਹ ਇੱਥੇ ਦੀ ਇਕਲੌਤੀ ਨਾਗਰਿਕ ਆ, ਹੋਰ ਕੋਈ ਇੱਥੇ ਬੰਦਾ ਨਹੀਂ ਰਹਿੰਦਾ। ਪਰ ਫਿਰ ਵੀ ਉਹਦੀ ਜ਼ਿੱਦ ਆ ਵੀ ਮੈਂ ਇਸ ਦੀਪ ਨੂੰ ਛੱਡਣਾ ਨਹੀਂ ਚਾਹੁੰਦੀ। ਦੱਖਣ ਕੋਰੀਆ ਤੇ ਜਾਪਾਨ ਦੋਵੇਂ ਆਪਣਾ ਇਹਦੇ ਤੇ ਹੱਕ ਜਗਾਉਂਦੇ ਆ ਤੇ ਦਾਅਵਾ ਵੀ ਕਰਦੇ ਆ। ਦੱਖਣ ਕੋਰੀਆ ਇਹ ਦਾਅਵਾ ਕਰਦਾ ਵੀ ਪਿਛਲੀ 17ਵੀਂ ਸਦੀ ਤੋਂ ਉਹਦਾ ਅੰਗ ਆ ਇਹ, ਉਹਦੇ ਅੰਡਰ ਆਉਂਦਾ ਆ। ਪਰ ਹੁਣ ਕਿਉਂਕਿ ਇਹਨਾਂ ਦਾ ਵਿਵਾਦ ਚੱਲ ਰਿਹਾ ਤੇ ਉੱਥੇ ਗੱਲ ਇਹ ਆ ਵੀ ਬੀਬੀ ਉੱਥੇ ਪਹੁੰਚੀ ਕਿਵੇਂ? ਇਹ ਦਰਅਸਲ ਆਪਣੇ ਪਤੀ ਦੇ ਨਾਲ 1991 ਦੇ ਵਿੱਚ ਇੱਥੇ ਪਹੁੰਚੇ ਸੀਗੇ। ਅੱਛਾ ਜੀ। ਇਹ ਘੁੰਮਣ ਫਿਰਨ ਆਏ ਸੀਗੇ ਪਰ ਇਹਨਾਂ ਨੂੰ ਜਗ੍ਹਾ ਇੰਨੀ ਸੋਹਣੀ ਲੱਗੀ ਕਿ ਇੱਥੇ ਹੀ ਵਸ ਗਏ। ਹਾਲਾਂਕਿ ਹੁਣ ਪਿਛਲੇ ਸਾਲ ਉਹਨਾਂ ਦੇ ਪਤੀ ਦੀ ਮੌਤ ਹੋ ਚੁੱਕੀ ਆ, ਉਸ ਤੋਂ ਬਾਅਦ ਇਹ ਬੀਬੀ ਇਕੱਲੀ ਰਹਿ ਗਈ। ਮਤਲਬ ਪਹਿਲਾਂ ਦੋਵੇਂ ਜਾਣੇ ਰਹਿੰਦੇ ਸੀ ਤਾਂ ਚਲੋ ਇੱਕ ਦੂਜੇ ਦੇ ਸਾਥ ਨਾਲ ਰਹੀ ਜਾਂਦੇ ਸੀਗੇ, ਪਰ ਹੁਣ ਉਹ ਇਕੱਲੀ ਰਹਿ ਰਹੀ ਆ, ਮੁਸ਼ਕਲਾਂ ਬਹੁਤ ਨੇ। ਕਈ ਵਾਰੀ ਤਾਂ ਇਹੋ ਜਿਹੀ ਸਥਿਤੀ ਹੁੰਦੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਰਾਬਤਾ ਘੱਟ ਜਾਂਦਾ ਸ਼ਹਿਰ ਨਾਲੋਂ, ਤੇ ਕਈ ਵਾਰੀ ਉਹ ਇਕੱਲੀ ਉੱਥੋਂ ਮੱਛੀਆਂ ਫੜ ਕੇ ਉਹੀ ਖਾਣ ਤੇ ਕਹਿ ਲਓ ਵੀ ਨਿਰਭਰ ਰਹਿੰਦੀ ਆ, ਪਰ ਫਿਰ ਵੀ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਕਹਿੰਦੀ ਮੈਂ ਇੱਥੋਂ ਨਹੀਂ ਛੱਡਣਾ। ਵੀ ਸਦਕੇ ਆ ਉਹਨਾਂ ਦੇ ਹੌਸਲੇ ਦੇ ਸੱਚੇ। ਤੁਸੀਂ ਇਹ ਦੇਖੋ ਵੀ ਪੂਰੇ ਦੀਪ ਤੇ ਉਹ ਇਕੱਲੀ ਰਹਿੰਦੀ, ਉਹਨੂੰ ਮਤਲਬ ਹੈ ਹੀ ਨਹੀਂ ਵੀ ਆਲੇ ਦੁਆਲੇ ਕੋਈ ਰਹਿੰਦਾ ਵੀ ਹੋਊਗਾ। ਔਰ ਇੱਥੇ ਜਿਹੜੇ ਸੈਲਾਨੀ ਆਉਂਦੇ ਨੇ, ਜਿਹੜੇ ਘੁੰਮਣ ਆਉਂਦੇ ਨੇ, ਉਹ ਵੀ ਬਹੁਤੇ ਦਿਨ ਉੱਥੇ ਰਹਿ ਨਹੀਂ ਪਾਉਂਦੇ ਕਿਉਂਕਿ ਆਲੇ ਦੁਆਲੇ ਜਵਾਲਾਮੁਖੀ ਬਹੁਤ ਨੇ। ਸੋ ਉਹ ਥੋੜੇ ਦਿਨ ਉੱਥੇ ਰਹਿ ਕੇ ਤੇ ਚਲੇ ਜਾਂਦੇ ਨੇ। ਉਸ ਤੋਂ ਬਾਅਦ ਕੁਛ ਜਿਹੜੇ ਉੱਥੇ ਦੇ ਪੁਲਿਸ ਕਰਮੀ ਨੇ ਉਹ ਆਉਂਦੇ ਨੇ ਜਦੋਂ ਆਪਾਤਕਾਲੀਨ ਸਥਿਤੀ ਹੋ ਜਾਂਦੀ ਆ ਉੱਥੇ, ਕੁਛ ਲਾਈਟ ਮੈਨ ਹਾਊਸ ਦੇ ਜਿਹੜੇ ਕਰਮਚਾਰੀ ਨੇ ਉਹ ਉੱਥੇ ਆਉਂਦੇ ਨੇ, ਉਹ ਬੀਬੀ ਨੂੰ ਦੇਖ ਦੁੱਖ ਕੇ ਚਲੇ ਜਾਂਦੇ ਨੇ ਵਾਪਸ। ਉਸ ਤੋਂ ਬਾਅਦ ਉਹ ਫਿਰ ਇਕੱਲੀ ਰਹਿ ਜਾਂਦੀ ਆ।
ਔਰ ਕਿਉਂਕਿ ਉਹਨੂੰ ਡਰਾਈਵਿੰਗ ਆਉਂਦੀ ਆ, ਇਸ ਲਈ ਉਹ ਸ਼ਹਿਰ ਤੋਂ ਜਾ ਕੇ ਸਮਾਨ ਲੈ ਆਉਂਦੀ ਆ, ਉੱਥੇ ਆ ਕੇ ਆਪਦਾ ਸਾਰਾ ਸਮਾਨ ਜਿਹੜਾ 1-2 ਮਹੀਨੇ ਦਾ ਇਕੱਠਾ ਕਰ ਲੈਂਦੀ ਆ ਤੇ ਫਿਰ ਉੱਥੇ ਰਹਿੰਦੀ ਆ। ਨਹੀਂ ਪਰ ਪੈਸਾ ਕਿੱਥੋਂ ਆਉਂਦਾ ਉਹਨਾਂ ਦੇ ਖਾਣ ਪੀਣ ਦਾ, ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵੀ, ਕਿਉਂਕਿ ਇੱਕ ਔਰਤ ਹੋਣ ਦੇ ਨਾਤੇ 100 ਚੀਜ਼ਾਂ ਚਾਹੀਦੀਆਂ ਨੇ, ਹਨਾ। ਫਿਰ ਤੁਸੀਂ ਬਿਲਕੁਲ ਇਕੱਲੇ ਹੋ, ਕਦੇ ਕੋਈ ਮਦਦ ਲਈ ਨਹੀਂ, ਕੋਈ ਡਾਕਟਰ ਨਹੀਂ, ਕੋਈ ਕੁਛ ਨਹੀਂ, ਇਹ ਸਾਰਾ ਕੁਛ ਕਿਵੇਂ ਮੈਨੇਜ ਹੋ ਪਾਉਂਦਾ? ਇਹ ਸਭ ਕੁਛ ਤਾਂ ਮੈਂ ਨਹੀਂ ਪੜ੍ਹ ਪਾਈ, ਇੰਨੀ ਰਿਸਰਚ ਤਾਂ ਮੈਂ ਹੋਰ ਰਿਸਰਚ ਕਰ ਰਹੀ ਸੀ ਇਹਨਾਂ ਬਾਰੇ, ਪਰ ਇੰਨੀ ਜਾਣਕਾਰੀ ਮਿਲੀ ਨਹੀਂ। ਪਰ ਕਿਉਂਕਿ ਇਹ ਹੁੰਦਾ ਨਾ ਵੀ ਕਈ ਜਿਹੜੇ ਬੰਦੇ ਹੁੰਦੇ ਉਹਨਾਂ ਨੂੰ ਕੁਦਰਤ ਨਾਲ ਬਹੁਤ ਪਿਆਰ ਹੁੰਦਾ ਜੀ, ਤੇ ਉਹ ਕੁਦਰਤ ਤੋਂ ਹੀ ਆਪਣੀਆਂ ਸਾਰੀਆਂ ਲੋੜਾਂ ਪੂਰੀਆਂ ਕਰ ਲੈਂਦੇ ਨੇ। ਵੈਸੇ ਨਾ ਮੇਰਾ ਕਈ ਵਾਰੀ ਕੁਸਮ ਜੀ ਦਿਲ ਕਰਦਾ ਹੁੰਦਾ ਕਿ ਖੈਰ ਇੰਨੇ ਬਰੇ ਤਾਂ ਨਹੀਂ, ਪਰ ਮੈਂ 1 ਹਫਤਾ ਜਾਂ 1-1.5 ਹਫਤਾ ਕਿਸੇ ਇਹੋ ਜਿਹੀ ਥਾਂ ਤੇ ਜ਼ਰੂਰ ਰਹਿਣਾ ਚਾਹੁੰਦੀ ਹਾਂ ਜਿੱਥੇ ਕੋਈ ਨਾ ਹੋਵੇ। ਆਪਣੇ ਆਪ ਨਾਲ ਸਮਾਂ ਬਿਤਾਉਣਾ ਚਾਹੁੰਦੀ ਹਾਂ, ਆਪਣੇ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੀ ਹਾਂ, ਕਿਉਂਕਿ ਗੱਲ ਇਹ ਜਦੋਂ ਕਿਤੇ ਕੋਈ ਵੀ ਨਾ ਹੋਵੇ, ਹਨਾ, ਤੁਸੀਂ ਇੱਕ ਤਾਂ ਕੁਦਰਤ ਦੇ ਨੇੜੇ ਹੋ, ਤੁਸੀਂ ਅੱਖਾਂ ਖੋਲ ਕੇ, ਕੰਨ ਖੋਲ ਕੇ, ਹਨਾ, ਆਪਣੇ ਆਪ ਨੂੰ ਵੇਖ ਸਕਦੇ ਹੋ, ਸੁਣ ਸਕਦੇ ਹੋ, ਰਾਈਟ। ਤੇ ਮੈਨੂੰ ਇਹ ਲੱਗਦਾ ਹੁੰਦਾ ਵੀ ਕਿਉਂਕਿ ਕੋਈ ਡਿਸਟਰੈਕਸ਼ਨ ਨਹੀਂ ਹੋਊਗੀ ਉੱਥੇ, ਕੋਈ ਤੁਹਾਨੂੰ ਆਵਾਜ਼ ਮਾਰਨ ਵਾਲਾ ਨਹੀਂ, ਕੋਈ ਤੁਹਾਨੂੰ ਜਾਣਦਾ ਨਹੀਂ, ਕੋਈ ਤੁਹਾਨੂੰ ਕੰਮ ਨਹੀਂ ਕਹਿਣ ਵਾਲਾ, ਮਰਜ਼ੀ ਨਾਲ ਕੰਮ ਕੀਤਾ ਹੀ ਉਹ, ਹਨਾ। ਤੇ ਪਲੱਸ ਆਪਣੇ ਆਪ ਨਾਲ ਜਿੰਨਾ, ਕਿਉਂਕਿ ਸਾਰੀ ਜ਼ਿੰਦਗੀ ਇਨਸਾਨ ਦੀ ਦੂਸਰਿਆਂ ਦੇ ਲਈ ਨਿਕਲ ਜਾਂਦੀ। ਬਿਲਕੁਲ, ਔਰ ਬਹੁਤ ਬੰਦੇ ਇਹੋ ਜਿਹੇ ਅਸੀਂ ਦੇਖਦੇ ਹਾਂ ਆਮ ਤੌਰ ਤੇ ਵੀ, ਜੇ ਉਹ ਇਕੱਲਾ ਘਰੇ ਰਹਿ ਜਾਵੇ ਨਾ ਤਾਂ ਬੰਦਾ ਕਹਿੰਦਾ ਯਾਰ ਮੈਂ ਅੱਜ ਇਕੱਲਾ ਬੋਰ ਹੋ ਗਿਆ, ਹਨਾ। ਤੇ ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਤੁਸੀਂ ਆਪਣਾ ਇਕਲਾਪਾ, ਆਪਣਾ ਜਿਹੜਾ ਆਪਾ ਆ, ਉਹਦੇ ਵਿੱਚ ਆਪਣੀ ਆਪਣੀ ਸੰਗਤ ਦੇ ਵਿੱਚ ਜੇ ਤੁਸੀਂ ਇੰਜੋਏ ਨਹੀਂ ਕਰ ਪਾਉਂਦੇ, ਉਹਨੂੰ ਮਾਣ ਨਹੀਂ ਪਾਉਂਦੇ, ਤਾਂ ਫਿਰ ਤੁਸੀਂ ਦੂਜੇ ਨੂੰ ਵੀ ਖੁਸ਼ ਨਹੀਂ ਰੱਖ ਸਕਦੇ ਜੀ। ਮੈਨੂੰ ਲੱਗਦਾ ਵੀ ਕਈ ਵਾਰੀ ਤੁਹਾਡੀ ਗੱਲ ਬਿਲਕੁਲ ਸਹੀ ਆ ਵੀ ਮੈਂ ਜ਼ਰੂਰ ਚਾਹੁੰਦੀ ਹਾਂ ਕਿਤੇ ਜ਼ਿੰਦਗੀ 'ਚ ਇਹੋ ਜਿਹਾ ਤਜਰਬਾ, ਮਤਲਬ ਇਹੋ ਜਿਹਾ ਹੋਣਾ ਚਾਹੀਦਾ ਵੀ ਬੰਦਾ ਆਪਣੇ ਆਪ ਨਾਲ ਕਿਤੇ ਜਾਵੇ ਜੀ, ਹਨਾ। ਵੀ ਮਤਲਬ ਇਹੋ ਜੀ, ਮੈਂ ਨਾ ਤੁਸੀਂ ਜਿਵੇਂ ਜਿਵੇਂ ਦੱਸ ਰਹੇ ਸੀ ਵੀ ਉਹ ਬੀਬੀ ਜਿਹੜੀ ਆ ਉਹ ਇਕੱਲੀ ਇਸ ਦੀਪ ਦੇ ਉੱਤੇ ਰਹਿੰਦੀ ਪਈ ਆ, ਤੇ ਮੈਂ ਬਾਰ ਬਾਰ ਸੋਚਾਂ ਹਾਂ ਜੇ ਮੈਂ ਉੱਥੇ ਹੋਵਾਂ ਕੀ ਕਰੂੰਗੀ, ਜਾਂ ਉਹ ਔਰਤ ਕਿਵੇਂ ਰਹਿੰਦੀ ਹੋਏਗੀ, ਹਨਾ, ਕੀ ਕੀ ਮੁਸ਼ਕਲਾਂ, ਕੀ ਕੀ ਇੰਜੋਏ ਕਰਦੀ ਹੋਏਗੀ। ਵੀ ਤੁਸੀਂ ਵੇਖੋ ਸਾਰਾ ਦਿਨ ਪਾਣੀ ਦੀਆਂ ਲਹਿਰਾਂ ਆ ਰਹੀਆਂ ਨੇ, ਕੁਦਰਤ ਤੁਹਾਡੇ ਨੇੜੇ ਆ, ਉਸ ਪਾਣੀ ਦੇ ਵਿੱਚ ਕਿੰਨਾ ਕੁਝ ਹੋਰ ਆ ਰਿਹਾ ਹੈ, ਹਨਾ, ਤੁਸੀਂ ਸੋਹਣੇ ਸੋਹਣੇ ਪੱਥਰ ਵੇਖ ਰਹੇ ਹੋ, ਸਿੱਪੀਆਂ ਵੇਖ ਰਹੇ ਹੋ, ਹਨਾ। ਸੋ ਹੋ ਸਕਦਾ ਕਿ ਮੇਰੀ ਇਹ ਸੋਚ, ਕਿਉਂਕਿ ਕਦੇ ਇਸ ਚੀਜ਼ ਨੂੰ ਮਾਣਿਆ ਨਹੀਂ ਹੈਗਾ, ਅਹਿਸਾਸ ਨਹੀਂ ਕੀਤਾ, ਹੋ ਸਕਦਾ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸ਼ਾਇਦ ਇੰਨੀਆਂ ਖੂਬਸੂਰਤ ਨਾ ਹੋਣ, ਕਿਉਂਕਿ ਕਈ ਵਾਰੀ ਅਸੀਂ ਜਦੋਂ 1-2 ਦਿਨ ਲਈ ਘੁੰਮਣ ਜਾਂਦੇ ਹਾਂ ਤਾਂ ਵਧੀਆ ਲੱਗਦਾ, ਪਰ ਉਹ ਸ਼ਾਂਤੀ ਕਈ ਵਾਰੀ ਬਹੁਤ ਦਿਨ ਜੇ ਲਗਾਤਾਰ ਚੱਲੇ ਤਾਂ ਉਹ ਕਦੇ ਕਦੇ ਦਿਮਾਗ ਤੇ ਵੀ, ਕਿਉਂਕਿ ਮੈਨੂੰ ਪਹਾੜ ਬਹੁਤ ਚੰਗੇ ਲੱਗਦੇ ਨੇ, ਮੈਨੂੰ ਐ ਲੱਗਦਾ ਵੀ ਉੱਥੇ ਇੱਕ ਅਜੀਬ ਜੀ ਖਿੱਚ ਹੁੰਦੀ ਹੈ, ਹਨਾ। ਹੋ ਸਕਦਾ ਕਿ ਹਰੇਕ ਦਾ ਸੋਚਣ ਦਾ ਆਪੋ ਆਪਣਾ ਨਜ਼ਰੀਆ ਹੈ, ਮੈਨੂੰ ਇਹ ਲੱਗਦਾ ਹੁੰਦਾ ਵੀ ਜਿਹੜੇ ਆਪਣੇ ਵਰਗੇ ਕਹਿ ਲਓ ਆਰਟਿਸਟ ਮਾਈਂਡ ਬੰਦੇ ਨੇ ਜਾਂ ਇਹ ਆਰਟ ਨਾਲ ਜੁੜੇ ਹੋਏ ਬੰਦੇ ਨੇ, ਉਹਨਾਂ ਨੂੰ ਮਹੀਨੇ 'ਚ ਇੱਕ ਵਾਰ ਤਾਂ ਇਹੋ ਜਿਹੀ ਜਗ੍ਹਾ ਤੇ ਜਾਣਾ ਹੀ ਚਾਹੀਦਾ, ਇੱਕ ਰਿਫਰੈਸ਼ਮੈਂਟ ਦੇ ਲਈ। ਉੱਥੇ ਜਾ ਕੇ ਜੋ ਤੁਸੀਂ ਰਿਫਰੈਸ਼ ਹੁੰਦੇ ਹੋ, ਜੋ ਉੱਥੇ ਦੀ ਹਵਾ ਦਾ ਜਿਹੜੀ ਖੁਸ਼ਬੂ ਹੈ, ਉੱਥੇ ਦਾ ਜਿਹੜਾ ਪਾਣੀ ਹੈ, ਉਹਦੇ ਨਾਲ ਤੁਹਾਨੂੰ ਕਿੰਨੀ ਰਿਫਰੈਸ਼ਮੈਂਟ ਮਿਲਦੀ ਹੈ, ਕਿੰਨੇ ਨਵੇਂ ਥੋਟ ਆਉਂਦੇ ਨੇ, ਸੋ ਇਹ ਹੋਣਾ ਚਾਹੀਦਾ ਜੀ। ਸੋ ਬਾਕੀ ਇਹ ਬੀਬੀ ਨੂੰ ਭਾਈ ਸਲਾਮ ਹੈ ਜਿਹੜੀ ਇਕੱਲੀ ਐਡੇ ਵੱਡੇ ਦੀਪ ਦੇ ਉੱਪਰ ਰਹਿ ਰਹੀ ਹੈ, ਔਰ ਅਸੀਂ ਇਹ ਆਸ ਕਰਦੇ ਹਾਂ ਕਿ ਉਹਨੂੰ ਵਿਚਾਰੀ ਨੂੰ ਮਜਬੂਰੀ ਬਸ ਇਸ ਦੀਪ ਨੂੰ ਛੱਡਣਾ ਵੀ ਨਾ ਪਵੇ, ਕਿਉਂਕਿ ਜਿਹੜੀ ਚੀਜ਼ ਨਾਲ ਤੁਹਾਨੂੰ ਪਿਆਰ ਹੋ ਜਾਂਦਾ ਉਹ ਚੀਜ਼ ਫਿਰ ਕੋਈ ਵੀ ਹੋ ਸਕਦੀ ਹੈ, ਚਾਹੇ ਇੱਥੋਂ ਦੀ ਸਰਕਾਰ ਤੋਂ ਹੁਣ ਹੋਰ ਵੀ ਲੋਕ ਨੇ ਜਿਹੜੇ ਉਹ ਵੀ ਮੰਗ ਕਰ ਰਹੇ ਨੇ ਵੀ ਅਸੀਂ ਉੱਥੇ ਜਾ ਕੇ ਰਹਿਣਾ ਜਿਹੜੇ ਕੁਦਰਤ ਪ੍ਰੇਮੀ ਨੇ, ਪਰ ਹੁਣ ਉੱਥੇ ਦੀ ਸਰਕਾਰ ਕਹਿੰਦੀ ਵੀ ਉੱਥੇ ਸੁਵਿਧਾਵਾਂ ਜਿਹੜੀਆਂ ਨੇ ਉਹ ਬਿਲਕੁਲ ਨਹੀਂ ਹੈਗੀਆਂ, ਸੋ ਉੱਥੇ ਜਾਣ ਲਈ ਇਹ ਉਹਨਾਂ ਨੂੰ ਆਗਿਆ ਦੇ ਨਹੀਂ ਰਹੀ, ਪਰ ਬਹੁਤੇ ਲੋਕ ਲੱਗੇ ਹੋਏ ਨੇ, ਸ਼ਾਇਦ ਮੈਨੂੰ ਲੱਗਦਾ ਇਸ ਬੀਬੀ ਨੂੰ ਕੋਈ ਸਾਥ ਮਿਲ ਜਾਵੇ ਜ਼ਰੂਰ। ਮਿਲਣਾ ਚਾਹੀਦਾ ਵੀ ਹੈ, ਕਿਉਂਕਿ ਜ਼ਿਆਦਾ ਇਕੱਲਾ ਰਹਿ ਰਹਿ ਕੇ ਵੀ ਇਨਸਾਨ ਜਿਹੜਾ ਉਹ ਕਿਤੇ ਨਾ ਕਿਤੇ, ਕਿਉਂਕਿ ਅੱਗੋਂ ਦੀ ਉਮਰ ਵੀ ਵਧਣੀ ਹੈ ਨਾ, ਫਿਰ ਉਹ ਆਪਣਾ ਆਪ ਵੀ ਨਹੀਂ ਚੱਕ ਪਾਏਗੀ, ਤੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਸ਼ਹਿਰ ਵੱਲ ਨੂੰ ਮੋੜਾ ਪਾਉਣਾ ਪਏਗਾ, ਪਰ ਦੇਖਦੇ ਹਾਂ ਕਦੋਂ ਤੱਕ ਉੱਥੇ ਰਹਿੰਦੇ ਨੇ। ਵਾਕਈ। ਸੋ ਹੁਣ ਫਿਲਹਾਲ ਆਪਣਾ ਪਸੰਦੀਦਾ ਸਮਾਂ ਹੋ ਗਿਆ, ਯਾਨੀ ਕਿ ਨੇਕ ਸਲਾਹਾਂ ਦਾ ਸਮਾਂ ਹੋ ਗਿਆ, ਤੇ ਆਪਾਂ ਉਧਰ ਨੂੰ ਵਧੀਏ। ਬਿਲਕੁਲ ਜੀ, ਅੱਜ ਅਸੀਂ ਓਲਿਵ ਆਇਲ ਤੇ ਜਿਹੜੇ ਇਹਨਾਂ ਨੂੰ ਟਿਪਸ ਦੇਣੇ ਨੇ ਆਪਣੇ ਦਰਸ਼ਕਾਂ ਨੂੰ, ਔਰ ਅਸੀਂ ਇਹ ਪਹਿਲਾਂ ਵੀ ਇਹ ਕਹਿੰਦੇ ਰਹਿੰਦੇ ਹਾਂ ਵੀ ਜਿਹੜੇ ਡਾਕਟਰ ਨੇ ਉਹ ਕਹਿੰਦੇ ਨੇ ਵੀ ਤੇਲ ਜਿਹੜਾ ਅਸੀਂ ਵਰਤਦੇ ਹਾਂ ਘਰ ਦੇ ਵਿੱਚ ਉਹ ਬਦਲ ਬਦਲ ਕੇ ਵਰਤਣਾ ਚਾਹੀਦਾ, ਕਦੇ ਵੀ ਇੱਕੋ ਤੇਲ ਜਿਹੜਾ ਉਹ ਲਗਾਤਾਰ ਨਹੀਂ ਵਰਤਣਾ ਚਾਹੀਦਾ। ਜੇ ਓਲਿਵ ਆਇਲ ਅਸੀਂ ਵਰਤਦੇ ਹਾਂ ਤਾਂ ਇਸ ਤੇਲ ਦੇ ਵਿੱਚ, ਕਿਉਂਕਿ ਵਿਟਾਮਿਨ ਈ ਬਹੁਤ ਜ਼ਿਆਦਾ ਹੁੰਦਾ, ਫੈਟੀ ਐਸਿਡਸ ਹੁੰਦੇ ਨੇ, ਤਾਂ ਇਹ ਸਾਡੇ ਵਾਲਾਂ ਦੇ ਲਈ ਬਹੁਤ ਵਧੀਆ ਕੰਮ ਕਰਦੇ ਨੇ। ਦੋ ਮੂੰਹੇ ਵਾਲ ਬਿਲਕੁਲ ਠੀਕ ਹੋ ਜਾਂਦੇ,
ਜਾਂਦੇ ਨੇ, ਤੁਹਾਡੇ ਰੁੱਖੇ ਵਾਲ ਨੇ ਤਾਂ ਉਹ ਵੀ, ਉਹਨਾਂ ਦਾ ਰੁੱਖਾਪਨ ਵੀ ਦੂਰ ਹੋ ਜਾਂਦਾ। ਸੋ ਓਲਿਵ ਆਇਲ ਜਿਹੜਾ ਹੈ ਉਹ ਆਪਣੀ ਡਾਇਟ ਦੇ ਵਿੱਚ ਜ਼ਰੂਰ ਪਾਉਣਾ ਚਾਹੀਦਾ ਜੀ। ਔਰ ਓਲਿਵ ਆਇਲ ਦੀ ਖਾਸ ਗੱਲ ਤਾਂ ਇਹ ਹੈ ਕਿ ਇਹ ਲੱਗਦਾ ਵੀ ਬਹੁਤ ਥੋੜਾ ਹੈ ਔਰ ਤੁਹਾਡੇ ਹਾਰਟ ਦੇ ਲਈ ਬਹੁਤ ਜ਼ਿਆਦਾ ਚੰਗਾ ਹੁੰਦਾ ਹੈ। ਅਕਸਰ ਹੀ ਡਾਕਟਰਸ ਜਿਹੜੇ ਨੇ, ਅੱਜ ਕੱਲ੍ਹ ਤਾਂ ਲੋਕਾਂ 'ਚ ਵੈਸੇ ਜਾਗਰੂਕਤਾ ਬਹੁਤ ਜ਼ਿਆਦਾ ਹੋ ਗਈ ਹੈ ਕਿ ਓਲਿਵ ਆਇਲ ਨੂੰ ਆਪਾਂ ਵਰਤਣਾ ਸ਼ੁਰੂ ਕਰ ਦਿੱਤਾ, ਪਰ ਇਹ ਜਿਹੜਾ ਓਲਿਵ ਆਇਲ ਹੈ ਇਹ ਬਹੁਤ ਸਾਰੇ ਤਰੀਕਿਆਂ ਦੇ ਨਾਲ ਤੁਹਾਡੇ ਕੰਮ ਆਉਣ ਵਾਲੀ ਚੀਜ਼ ਹੈ। ਜਿਵੇਂ ਤੁਸੀਂ ਕਿਹਾ ਦਿਲ ਮਜ਼ਬੂਤ ਕਰਦਾ, ਕਿਉਂਕਿ ਇਹਦੇ ਵਿੱਚ ਇਹੋ ਜਿਹੇ ਗੁਣ ਹੁੰਦੇ ਆ ਵੀ ਤੁਹਾਡੇ ਸਰੀਰ ਦੇ ਵਿੱਚ ਜਿਹੜਾ ਗੁੱਡ ਕੋਲੈਸਟਰੋਲ ਆ ਉਹਦੀ ਮਾਤਰਾ ਨੂੰ ਇਹ ਵਧਾ ਦਿੰਦਾ ਹੈ, ਉਹਦੇ ਕਰਕੇ ਤੁਹਾਡਾ ਜਿਹੜਾ ਦਿਲ ਆ ਉਹ ਮਜ਼ਬੂਤ ਰਹਿੰਦਾ ਹੈ ਜੀ। ਫਿਰ ਜੇ ਚਮੜੀ ਦੀ ਗੱਲ ਕਰੀਏ ਤਾਂ ਚਮੜੀ ਦੇ ਲਈ ਇਹ ਬਹੁਤ ਵਧੀਆ ਮੋਇਸਚਰਾਈਜ਼ਰ ਆ, ਉਹਨੂੰ ਮੋਇਸਚਰਾਈਜ਼ ਕਰਦਾ ਹੈ, ਸੋ ਉਹ ਵੀ ਇਹਦਾ ਇੱਕ ਗੁਣ ਬਹੁਤ ਵਧੀਆ। ਔਰ ਮੈਂ ਇਹ ਪੜ੍ਹ ਕੇ ਬਹੁਤ ਹੈਰਾਨ ਹੋਈ ਕਿ ਓਲਿਵ ਆਇਲ ਯੂਜ਼ ਕਰਨ ਦੇ ਨਾਲ ਕਿਤੇ ਨਾ ਕਿਤੇ ਕੈਂਸਰ ਦੇ ਜੋਖਿਮ ਤੋਂ ਵੀ ਅਸੀਂ ਬਚ ਜਾਂਦੇ ਹਾਂ ਜੀ। ਜਿੱਥੇ ਸਕਿਨ ਦੀ ਆਪਾਂ ਗੱਲ ਕਰਦੇ ਹਾਂ ਉੱਥੇ ਅਕਸਰ ਇਹ ਕਿਹਾ ਜਾਂਦਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਓਲਿਵ ਆਇਲ ਨੂੰ ਵਰਤਣਾ ਆਪਣੀ ਸਕਿਨ ਦੇ ਉੱਪਰ, ਤਾਂ ਫਿਰ ਨਹਾਉਣ ਤੋਂ ਬਾਅਦ ਤੁਸੀਂ ਆਪਣੀ ਸਕਿਨ ਨੂੰ ਥੋੜ੍ਹਾ ਜਿਹਾ ਜਿੱਦਾਂ ਕਹਿੰਦੇ ਨਾ ਸਿੱਲਾ ਜਿਹਾ ਰਹਿਣ ਦਿਓ, ਅਤੇ ਉਸ ਤੋਂ ਬਾਅਦ ਆਪਣੇ ਫੇਸ ਦੇ ਉੱਪਰ ਓਲਿਵ ਆਇਲ ਲਗਾਓ, 15 ਕੁ ਮਿੰਟ ਇਹਨੂੰ ਲੱਗਾ ਰਹਿਣ ਦਿਓ, ਉਸ ਤੋਂ ਬਾਅਦ ਲਿਊਕ ਵਾਰਮ ਵਾਟਰ ਦੇ ਨਾਲ ਯਾਨੀ ਗੁਣਗੁਣਾ ਜਿਹੜਾ ਪਾਣੀ ਹੁੰਦਾ ਉਹਦੇ ਨਾਲ ਮੂੰਹ ਧੋ ਲਓ, ਇਹਦੇ ਨਾਲ ਸਕਿਨ ਤੁਹਾਡੀ ਬਹੁਤ ਚੰਗੀ ਹੋ ਜਾਏਗੀ। ਔਰ ਜੇਕਰ ਡਰਾਈ ਸਕਿਨ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਇਹਨੂੰ ਆਪਣੇ ਫੇਸ ਤੇ ਲਗਾ ਸਕਦੇ ਜੀ। ਔਰ ਇਹਦੀ ਜੇ ਮਾਲਿਸ਼ ਕਰਦੇ ਹਾਂ ਅਸੀਂ ਆਪਣੇ ਸਰੀਰ ਦੇ ਉੱਤੇ ਤਾਂ ਸਾਡੀਆਂ ਹੱਡੀਆਂ ਨੂੰ ਵੀ ਬਹੁਤ ਮਜ਼ਬੂਤ ਬਣਾਉਂਦਾ ਜੀ। ਖਾਸ ਕਰਕੇ ਔਰਤਾਂ ਦੇ ਵਿੱਚ ਪਰੇਸ਼ਾਨੀ ਹੋ ਜਾਂਦੀ ਹੈ ਕਿ ਉਹਨਾਂ ਦੀਆਂ ਹੱਡੀਆਂ ਜਿਹੜੀਆਂ ਨੇ ਉਹ ਕਮਜ਼ੋਰ ਹੋ ਜਾਂਦੀਆਂ ਉਹਨਾਂ ਦੀ ਉਮਰ ਦੇ ਨਾਲ ਨਾਲ, ਸੋ ਉਹਨਾਂ ਲਈ ਬਹੁਤ ਫਾਇਦੇਮੰਦ ਹੈ। ਤੇ ਜਿਹਨਾਂ ਨੂੰ ਮੋਟਾਪੇ ਦੀ ਸਮੱਸਿਆ ਹੈ, ਸੋ ਇਹ ਪੇਟ ਦੀ ਚਰਬੀ ਵੀ ਦੂਰ ਕਰਦਾ ਹੈ, ਮੋਟਾਪਾ ਵੀ ਦੂਰ ਕਰਦਾ, ਤੁਹਾਡਾ ਵਜ਼ਨ ਘੱਟ ਕਰਨ ਦੇ ਵਿੱਚ ਵੀ ਲਾਭਕਾਰੀ ਹੈ। ਸੋ ਓਲਿਵ ਆਇਲ ਜਿਹੜਾ ਆ ਉਹ ਇਹਨਾਂ ਸਾਰੇ ਗੁਣਾਂ ਨਾਲ ਭਰਪੂਰ ਹੈ। ਸੋ ਅੱਜ ਹੀ ਆਪਣੇ ਜਿਹੜੇ ਖਾਣ ਵਾਲੇ ਤੇਲ ਨੂੰ ਓਲਿਵ ਆਇਲ ਦੇ ਨਾਲ ਤਬਦੀਲ ਕਰੋ, ਪਰ ਕਿਸੇ ਡਾਕਟਰ ਦੀ ਮਾਹਰ ਦੀ ਸਲਾਹ ਲੈ ਕੇ ਹੀ ਇਸ ਤੇਲ ਨੂੰ ਵਰਤਿਓ। ਹੋ ਸਕਦਾ ਕਿ ਤੁਹਾਡੇ ਲਈ ਇਹ ਇੰਨਾ ਜ਼ਿਆਦਾ ਕਹਿ ਲਓ ਫਾਇਦੇਮੰਦ ਨਾ ਸਾਬਤ ਹੋਵੇ, ਅਲੱਗ-ਅਲੱਗ ਤੇਲਾਂ ਤੋਂ ਐਲਰਜੀ ਹੋ ਜਾਂਦੀ ਹੈ, ਸੋ ਹੋ ਸਕਦਾ ਉਹ ਤੁਹਾਡੇ ਲਈ ਕੋਈ ਨੁਕਸਾਨ ਨਾ ਦੇਵੇ, ਉਹਦੇ ਲਈ ਪੁੱਛ ਲੈਣਾ ਜ਼ਰੂਰੀ ਹੁੰਦਾ, ਸਲਾਹ ਕਰ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ। ਪਰ ਫਿਲਹਾਲ ਹੁਣ ਸਾਡੇ ਜਾਣ ਦਾ ਸਮਾਂ ਹੋ ਗਿਆ, ਅਸੀਂ ਚੱਲਦੇ ਹਾਂ ਜੀ, ਕੱਲ੍ਹ ਨੂੰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਤੁਸੀਂ ਇਸੇ ਤਰ੍ਹਾਂ ਪ੍ਰਾਈਮ ਵਿਮਨ ਨੂੰ ਪਿਆਰ ਕਰਦੇ ਰਹੋ, ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।